ਜੇ ਅਰੈਸਟ ਹੋ ਜਾਂਦਾ ਜੇ ਬੜਾ ਵੱਡਾ ਹੁੰਦਾ ਨਾ ਸਰ ਕਹਿੰਦੇ ਜੇ ਪਰ ਸਰ 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 ਮੈਨੂੰ ਅਲਾਉ ਕਰਨਾ ਲੋਕਾਂ ਨੇ ਮਨਾਂ ਦੇ ਵਿੱਚ ਖਾਸ ਕਰਕੇ ਇਸ ਕਿਸਮ ਦੇ ਜਿਹੜੇ ਇਮੇਜ ਬਣਦੇ ਹੁੰਦੇ ਆ ਉਕਾਰ ਜੀ ਐਤੁੱਲਾ ਖਮੈਨੀ ਦਾ ਜਿਹੜਾ ਉਹਨੂੰ ਡਿਮੋਲਿਸ਼ ਕੀਤਾ ਜਾਵੇ ਉਕਾਰ ਜੀ ਮੈਂ ਇਹ ਗੱਲ ਪਲੀਜ਼ ਅਲਾਉ ਮੀ ਸਰ ਉਕਾਰ ਜੀ ਕੋ ਮੈਂ ਸਵਾਲ ਲੈ ਕੇ ਆ ਰਿਹਾ ਸਰ ਠੀਕ ਹੈ ਜਗਰੂਪ ਜੀ ਓਕੇ ਜਗਰੂਪ ਜੀ ਓਕੇ ਜਗਰੂਪ ਜੀ ਓਕੇ ਪਲੀਜ਼ ਆਲ ਰਾਈਟ ਉਕਾਰ ਜੀ ਸਵਾਲ ਇਹ ਖੜਾ ਹੋ ਗਿਆ ਉਹਨਾਂ ਨੇ ਕਿਹਾ ਜੇ ਉਹ ਅਰੈਸਟ ਹੋ ਜਾਂਦਾ ਜੇਈ ਤਾਂ ਬੜਾ ਵੱਡਾ ਸਰ ਜੇ ਹੋ ਜਾਂਦਾ ਤੇ ਕਿਉਂ ਨਹੀਂ ਹੋਇਆ ਸਰ ਸਵਾਲ ਤਾਂ ਇਹੀ ਆ ਇਹ ਸਾਰਿਆਂ ਨੂੰ ਕੰਮ ਲਾਤਾ ਕਦੀ ਰੇੜੀ ਤੇ ਬਹਿ ਜਾਂਦਾ ਕਦੀ ਮੋਟਰਸਾਈਕਲ ਤੇ ਬਹਿ ਜਾਂਦਾ ਫਿਰ ਕਹਿੰਦੇ ਉਹਨੇ ਕਿਸ਼ਤੇ 'ਚ ਪਾਰ ਕਰਨਾ ਸੀਗਾ ਕੀ ਕਰ ਰਿਹਾ ਚਾਹ ਕੀ ਲਿਆ ਇਹ ਤੁਸੀਂ ਕਹਿ ਰਹੇ ਨਾ ਇਹ ਗੌਰਵ ਜੀ ਤੁਸੀਂ ਕਹਿ ਰਹੇ ਸਰ ਮੈਂ ਨਹੀਂ ਕਹਿ ਰਿਹਾ ਸਰ ਪੁਲਿਸ ਕਹਿ ਰਹੀ ਹੈ ਸਰ ਸਰ ਆਮ ਨੋ ਸੇਇੰਗ ਸਰ ਸਰ ਪੁਲਿਸ ਇਸ ਸੇਇੰਗ ਸਰ ਆਪਣੀ ਪੁਲਿਸ ਕਹਿ ਰਹੀ ਹੈ ਮੈਂ ਨਹੀਂ ਦੇਖਿਆ ਸੁਣੋ ਜੇ ਕੁਐਸਚਨ ਕੀ ਜੇ ਕੁਐਸਚਨ ਕੀਤਾ ਤੇ ਆਨਸਰ ਦੇਣ ਜੋ ਜਿਹੜਾ ਰੇਡੀ ਤੇ ਤੁਹਾਡਾ ਟਾਈਮ ਹੈ ਸਰ ਹਾਂ ਮੈਂ ਨਹੀਂ ਕਹਿ ਰਿਹਾ ਪੁਲਿਸ ਕਹਿ ਰਹੀ ਹੈ ਠੀਕ ਹੈ ਕਰ ਸਕਦੇ ਆ ਵੀ ਉਹ ਅੰਮ੍ਰਿਤਪਾਲ ਸਿੰਘ ਆ ਅੰਮ੍ਰਿਤਪਾਲ ਸਿੰਘ ਨੂੰ ਇੱਕ ਮੋਹਰਾ ਬਣਾ ਕੇ ਤੇ ਉਹ ਕਮਿਊਨਿਟੀ ਸਾਰਾ ਬਦਨਾਮ ਕਰਨਾ ਚਾਹੁੰਦੇ ਆ ਕਿਉਂਕਿ ਮਤਲਬ ਅੰਮ੍ਰਿਤ ਛਕਾਉਣਾ ਬੜੀ ਮਾੜੀ ਗੱਲ ਆ ਸ਼ਿਵ ਸੈਨਾ ਵਾਲੇ ਬੁਲਟ ਪਰੂਫ ਜੈਕਰ ਉਹਨਾਂ ਨੂੰ ਤੁਸੀਂ ਆਪਾਂ ਆਪ ਪਰ ਜੇ ਉੱਥੇ ਸਿੱਧੂ ਮੂਸੇ ਵਾਲੇ ਨੂੰ ਰੇੜ ਦਿੱਤਾ ਗਿਆ ਸੀ ਲਾਰੈਂਸ ਬਿਸ਼ਨੋਈ ਦੀਆਂ ਜੇਲ੍ਹ ਚ ਇੰਟਰਵਿਊ ਕਰਾਈਆਂ ਜਾ ਸਕਦੀਆਂ ਨੇ ਜੋ ਕੁਛ ਪਿੱਛੇ ਵਾਪਰ ਰਿਹਾ ਹੈ ਜੇ ਕਿਸੇ ਸਿੱਖ ਨੇ ਕਿਸੇ ਅੰਮ੍ਰਿਤ ਪ੍ਰਚਾਰ ਕਰ ਰਹੇ ਸਿੰਘ ਨੇ ਬੁਲਟ ਪਰੂਫ ਜੈਕਟਾਂ ਖਰੀਦ ਲਈਆਂ ਨੇ ਉਹ ਬੜਾ ਵੱਡਾ ਗੁਨਾਹ ਹੋ ਗਿਆ ਹੈ ਅਸੀਂ ਮਤਲਬ ਹਮੇਸ਼ਾ ਹੀ ਸਿੱਖਾਂ ਦੀ ਇਮੇਜ ਇਸ ਤਰੀਕੇ ਨਾਲ ਜਦੋਂ ਵੀ ਵੋਟਾਂ ਆਉਂਦੀਆਂ ਸਾਰੇ ਦੇਸ਼ ਵਿੱਚ ਇਸ ਤਰੀਕੇ ਦੇ ਨਾਲ ਪ੍ਰੈਜੈਂਟ ਕਰਕੇ ਤੇ ਉਹ ਲਾਹਾਂ ਲੈਂਦੇ ਆ ਬਹੁਤ ਬਹੁਤ ਗਿਣਤੀ ਦੀਆਂ ਵੋਟਾਂ ਲੈਣ ਦੇ ਆ ਨਿਚੋੜ ਸਾਰਾ ਇਹ ਹੈ ਜਿੰਨਾ ਵੀ ਡਰਾਮਾ ਕੀਤਾ ਜਾ ਰਿਹਾ ਜਾਂ ਪਹਿਲਾਂ ਕੀਤਾ ਗਿਆ ਆ ਇਹਨੂੰ ਬੜੇ ਛੋਟੇ ਤਰੀਕੇ ਨਾਲ ਕਿੱਥੇ ਤੁਸੀਂ ਉਹ ਦਿਬੜੂਗਰ ਜੇਲ੍ਹ ਆਮ ਜੇ ਬੰਦਿਆਂ ਨੂੰ ਮਤਲਬ ਅੰਗਰੇਜ਼ਾਂ ਵੇਲੇ ਕਾਲੇ ਪਾਣੀ 'ਚ ਭੇਜਦੇ ਹੁੰਦੇ ਸਨ ਇਹ ਮਤਲਬ ਵੇਖੋ ਤੁਸੀਂ ਸਰ ਵੀ ਵਰਤਾਰਾ ਕਰਕੇ ਹੋ ਕੀ ਰਿਹਾ ਨਹੀਂ ਸਰ ਫਿਰ ਕੀ ਕਰੀਏ ਇੱਥੇ ਇੱਥੇ ਲੌਜ ਕਰ ਦਈਏ ਤੁਹਾਨੂੰ ਕੀ ਲੱਗਦਾ ਇੱਥੇ ਤੇ ਜੇਲ੍ਹਾਂ 'ਚ ਰੱਖ ਦਈਏ ਇੱਥੇ ਤਾਂ ਆਪਾਂ ਥੋੜੇ ਦਿਨ ਪਹਿਲੇ ਹੀ ਗੈਂਗ ਵਾਰ ਦੇਖੀ ਆ ਸਾਰਿਆਂ ਨੂੰ ਇੱਥੇ ਹੀ ਪਾ ਦਈਏ ਫਿਰ ਮੁੜ ਤੋਂ ਗੈਂਗ ਵਾਰ ਹੋ ਜਾਏ ਫਿਰ ਕੀ ਕਹੋਗੇ ਆਹ ਤਾਂ ਸੰਭਾਲਿਆ ਨਹੀਂ ਜਾਂਦਾ ਹੁਣ ਅਗਰ ਪ੍ਰੀਵੈਂਟਿਵ ਕੰਮ ਹੋ ਰਿਹਾ ਆਪਾਂ ਤਾਂ ਕਿ ਉਪਰੰਤੂ ਨਾ ਕਰੋ ਤਾਂ ਕਿ ਉਪਰੰਤੂ ਜਾ ਕੇ ਜੇ ਤੁਹਾਨੂੰ ਅਲਾਉ ਕਰਦੇ ਆ ਤੇ ਉਹ ਇੰਟਰਵਿਊ ਲਓ ਵੇਖੋ ਵੀ ਉਹ ਬੰਦੇ ਇੰਨੇ ਜੋਗੇ ਕਹੇਗੇ ਜਿਨ੍ਹਾਂ ਨੂੰ ਤੁਸੀਂ ਐਨਐਸਏ ਲਾਗ ਦੇ ਵਿੱਚ ਠੋਕਤਾ ਆ